ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਬਾਈ ਪੰਜਾਬ ਦੇ ਉੱਤੇ ਅੱਜ ਫੇਰ ਹਾਜ਼ਰ ਹੋਇਆ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਇੱਕ ਨਵੀਂ ਵੀਡੀਓ ਮੋਸਟਿਵੇਟਿਡ ਵੀਡੀਓ ਸਗੀ ਬੈਂਕਿੰਗ ਠੀਕ ਹੈ ਜੀ ਬੈਂਕਿੰਗ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਇਸ ਟਾਈਮ ਤੇ ਕੋਆਪਰੇਟਿਵ ਬੈਂਕ ਦੇ ਜਿਹੜੇ ਬੱਚਿਆਂ ਨੇ ਪੇਪਰ ਭਰਿਆ ਹੋਇਆ ਤੇ ਮੈਂ ਉਹਨਾਂ ਸਾਰਿਆਂ ਕੋਲੋਂ ਮਾਫੀ ਮੰਗਦਾ ਵੀ ਬੈਂਕਿੰਗ ਕਰਵਾ ਮੈਂ ਰਿਹਾ ਸੀਗਾ ਵਿੱਚੋਂ ਟਾਈਮ ਦੀ ਪ੍ਰੋਬਲਮ ਹੋਣ ਕਰਕੇ ਬੈਂਕਿੰਗ ਅੱਪਾ ਬੰਦ ਕਰਤੀ ਸੀ ਬਟ ਮੈਂ ਦੁਬਾਰਾ ਹੁਣ ਸਟਾਰਟ ਕਰ ਰਿਹਾ ਕਿਉਂਕਿ ਇਗਜ਼ਾਮ ਦੀ ਜਿਹੜੀਆਂ ਡੇਟਸ ਹੈਗੀਆਂ ਨਾ ਜੇ ਅਨਾਉਂਸ ਹੋਈਆਂ ਵੀ ਆ 28 ਤੇ 29 ਤੇ ਕੋਸ਼ਿਸ਼ ਆ ਵੀ ਤੁਹਾਨੂੰ ਰਾਈਟ ਅਪਰੋਚ ਦੇ ਵਿੱਚ ਵਧੀਆ ਢੰਗ ਦੇ ਨਾਲ ਆਪਾਂ ਕੀ ਕਰਾ ਦਈਏ ਬੈਂਕਿੰਗ ਕਵਰ ਕਰਾ ਦਈਏ ਹੁਣ ਦੂਜੀ ਗੱਲ ਤੁਹਾਨੂੰ ਮੈਂ ਦੱਸਦਾ ਇਹ ਬੈਂਕਿੰਗ ਸਿਰਫ ਨਾਮ ਹੀ ਦਿੱਤਾ ਹੋਇਆ ਹੈ ਬੈਂਕਿੰਗ ਦਾ ਬਟ ਹੈਗਾ ਬੇਸਿਕਲੀ ਇਹ ਕੀ ਹੈ ਜਨਰਲ ਅਵੇਅਰਨੈਸ ਹੈ ਜਿਆਦਾ ਜਨਰਲ ਅਵੇਅਰਨੈਸ ਦਾ ਇਹ ਸਿਲੇਬਸ ਹੈਗਾ ਤੇ ਇੱਕ ਮੈਂ ਤੁਹਾਨੂੰ ਦੇਖੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਰਿਕਵੈਸਟ ਕਰਨਾ ਚਾਹਣਾ ਤੁਹਾਨੂੰ ਠੀ ਹੁਣ ਤੁਸੀਂ ਫੇਰ ਕਹਿਣਾ ਕਿ ਸਰ ਇਹ ਬਹੁਤ ਫालतੂ ਬੋਲਦੇ ਆ ਬਟ ਬੋਲਣਾ ਪੈਂਦਾ ਤੁਹਾਨੂੰ ਮੈਂ ਉਹਦਾ ਕਾਰਨ ਦੱਸਦਾ ਕਾਰਨ ਇਹ ਹੈ ਪਹਿਲੀ ਗੱਲ ਤਾਂ ਇਹ ਜਿਹੜੀ ਮੈਂ ਬੋਲਦਾ ਹੁੰਨਾ ਵੀ ਹਾਂ ਦੇਖੋ ਆਪਣਾ ਰਿਜ਼ਲਟ 101% ਆਉਣ ਦਾ ਕਾਰਨ ਕੀ ਹੈ ਕਿ ਆਪਾਂ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਆ ਔਰ ਉਸ ਪਰਮਾਤਮਾ ਦਾ ਊਟਾਸਰਾ ਲੈ ਕੇ ਜਾ ਰਹੇ ਆ ਰਾਈਟ ਅਪਰੋਚ ਕੀ ਹੈ ਬੇਟੇ ਥਿਊਰੀ ਪਲੱਸ ਐਮਸੀਕਿਊ ਥਿਊਰੀ ਪਲੱਸ ਐਮਸੀਕਿਊ ਪੜੋਗੇ ਕੱਲ ਹੀ ਥਿਊਰੀ ਵੀ ਕੁਝ ਨਹੀਂ ਕਰਦੀ ਕੱਲੇ ਐਮਸੀਕਿਊ ਵੀ ਕੁਝ ਨਹੀਂ ਕਰ ਦੇਗੇ ਤੇ ਇਸ ਕਰਕੇ ਹੁਣ ਮੈਂ ਬੈਂਕਿੰਗ ਦੀ ਜਿਹੜੀ ਥਿਊਰੀ ਜ਼ਿਆਦਾ ਜ਼ਰੂਰੀ ਆ ਉਹ ਕਰਵਾਉਂਗਾ ਤੁਹਾਨੂੰ ਥਿਊਰੀ ਕਰ ਲਿਓ ਤੇ ਐਮਸੀਕਿਊ ਦੀ ਗੱਲ ਰਹਿ ਗਈ ਮੈਂ ਤੁਹਾਡੇ ਨਾਲ ਚਲੋ ਹੁਣ ਟਾਈਮ ਦੀ ਤਾਂ ਬਹੁਤ ਪ੍ਰੋਬਲਮ ਹੈਗੀ ਆ ਟਾਈਮ ਦੀ ਤਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਬਟ ਫਿਰ ਵੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਇੱਕ ਕਲਾਸ ਦਊਂਗਾ ਮੈਰਾਥਨ ਕਲਾਸ ਮੈਂ ਕਹਿੰਦਾ ਵੀ ਉਹ ਕਲਾਸ ਤੁਹਾਡੇ 70 ਤੋਂ 80% ਤੁਹਾਡਾ ਕਵਰ ਕਰਵਾ ਦਊਗੀ ਬੈਂਕਿੰਗ ਠੀਕ ਹੈ ਜੀ ਮਤਲਬ ਤੁਹਾਡੇ ਨਾਲ ਵਾਦਾ ਹੈ ਮੇਰਾ ਬੈਂਕਿੰਗ ਤੁਹਾਨੂੰ ਮੈਂ ਕਰਵਾ ਦਊਂਗਾ ਹੁਣ ਦੂਜੀ ਮੈਂ ਰਿਕਵੈਸਟ ਜਿਹੜੀ ਕਰ ਰਿਹਾ ਦੇਖੋ ਰੀਕਵੈਸਟ ਇਹੀ ਹੈ ਕਿ ਚਲੋ ਬਹੁਤ ਵਧੀਆ ਹੋ ਗਿਆ ਪ੍ਰਮਾਤਮਾ ਨੇ ਕੀ ਆਪਣੀ ਲਾਜ ਰੱਖੀ ਹੈ ਕਿ ਪਟਵਾਰੀ ਦੇ ਵਿੱਚ ਸਾਰਾ ਹੀ ਕੰਪਿਊਟਰ ਤੇ ਐਗਰੀਕਲਚਰ ਆਪਣੇ ਤੋਂ ਆ ਗਿਆ ਠੀਕ ਹੈ ਫਾਇਦਾ ਵੀ ਹੋ ਗਿਆ ਬਟ ਇੱਕ ਨੁਕਸਾਨ ਹੈ ਨੁਕਸਾਨ ਨਹੀਂ ਕਹਿ ਸਕਦੇ ਇੱਕ ਪ੍ਰੋਬਲਮ ਕੀ ਹੋ ਗਈ ਦੇਖੋ 5 ਦਿਨ ਹੋ ਗਏ ਮੇਰਾ ਫੋਨ ਆਫ ਆ ਰਿਹਾ ਹੈ ਉਹਦਾ ਕਾਰਨ ਕੀ ਹੈ WhatsApp ਤੇ ਇੰਨੀਆਂ ਕੁਐਰੀਜ਼ ਨੇ ਰਾਜੇ WhatsApp ਤੇ ਇੰਨੀਆਂ ਕਾਲਸ ਨੇ ਆ ਪਿਛਲੇ 2 ਦਿਨ ਲਗਾਤਾਰ ਮੈਂ ਕਾਲ ਦਾ ਹੀ ਰਿਪਲਾਈ ਕਰ ਰਿਹਾ ਠੀਕ ਹੈ ਦਿਨ ਦੇ ਵਿੱਚ 700 800 ਮੈਸੇਜ ਰਿਪਲਾਈ ਕਰ ਰਿਹਾ ਉਹ ਰਿਪਲਾਈ ਮੈਸੇਜ ਕੀ ਆ ਰਹੇ ਦੇਖੋ ਸਰ ਜੀ ਪੈਸੇ ਲੈ ਲਓ ਬੈਂਕਿੰਗ ਦੇ ਦਿਓ ਪੇਡ ਕੋਰਸ ਸਟਾਰਟ ਕਰ ਦਿਓ ਸਰ ਜੀ ਪੈਸੇ ਲੈ ਲਓ ਟੈਕਸਟੇਸ਼ਨ ਦਾ ਦੇ ਦਿਓ ਸਰ ਪੈਸੇ ਲੈ ਲਓ ਸਬ ਇੰਸਪੈਕਟਰ ਦੇ ਦੇ ਦਿਓ ਮੈਨੂੰ ਨੋਟਸ ਦੇਖੋ ਰਾਜੇ ਪੈਸਾ ਸਭ ਕੁਝ ਨਹੀਂ ਹੁੰਦਾਗਾ ਦੇਖੋ ਪੈਸੇ ਨਾਲ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਮੈਂ ਤੁਹਾਨੂੰ ਦੇਖੋ ਰਿਕੁਐਸਟ ਕਰਦਾ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਮਤਲਬ ਕਿ ਪੈਸੇ ਨਾਲ ਹਰੀ ਚੀਜ਼ ਨਹੀਂ ਹੁੰਦੀ ਹੁੰਦੀ ਗੱਲ ਕੀ ਹੈ ਬੇਟੇ ਟਾਈਮ ਦੀ ਪ੍ਰੋਬਲਮ ਹੈਗੀ ਹੈ ਜੇ ਟਾਈਮ ਹੋਊਗਾ ਤੁਹਾਨੂੰ ਸਭ ਕੁਝ ਫ੍ਰੀ ਮਿਲੇਗਾ ਚੈਨਲ ਦੇ ਉੱਪਰ ਤੇ ਚੈੱਕ ਕਰ ਲੋ ਹੁਣ ਤੱਕ ਜਿੰਨੇ ਵੀ ਪੇਪਰ ਹੋਏ ਆ ਸਭ ਕੁਝ ਮਟੀਰੀਅਲ ਫ੍ਰੀ ਮਿਲਿਆ ਜਸਟ ਐਮਸੀਕਿਊ ਨੂੰ ਛੱਡ ਕੇ ਐਮਸੀਕਿਊ ਥੋੜੇ ਬਹੁਤੇ ਪੇਡ ਹੁੰਦੇ ਆ ਤੇ ਬੈਂਕਿੰਗ ਦੇ ਬੇਟੇ ਪਤਾ ਕੀ ਗੱਲ ਹੈਗੀ ਆ ਬੈਂਕਿੰਗ ਦਾ ਤੁਹਾਨੂੰ ਮੈਂ ਇੱਥੇ ਕਰਵਾ ਦੂੰਗਾ ਤੁਹਾਨੂੰ ਕੋਈ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਬਸ ਗੱਲ ਹੈਗੀ ਆ ਟਾਈਮ ਦੀ ਤੇ ਤੁਸੀਂ ਜੇ ਦੇਖੋ ਹੁਣ ਮੈਨੂੰ ਘਟ ਕੁਐਰੀਜ਼ ਕਰੋਗੇ ਤਾਂ ਆਪਾਂ ਦੇਖੋ ਕੰਟੈਂਟ ਲਿਖਣ ਵਾਸਤੇ ਟਾਈਮ ਨਹੀਂ ਮਿਲਦਾਗਾ ਕੰਟੈਂਟ ਲਿਖਣ ਵਾਸਤੇ ਟਾਈਮ ਤਾਂ ਮਿਲੂਗਾ ਜੇ ਆਪਾਂ ਘੱਟ ਕੁਐਰੀਜ਼ ਕਰਾਂਗੇ ਕੁਐਰੀਜ਼ ਕੀ ਹੁੰਦੀਆਂ ਨੇ ਕਮ ਨਹੀਂ ਹੁੰਦੀਆਂ ਨੇ ਆਪਾਂ ਕੁਐਰੀਜ਼ ਇੱਥੇ ਸੋਲਵ ਕਰ ਲਿਆ ਕਰਾਂਗੇ ਆਪਾਂ ਲਾਈਵ ਡਾਊਟ ਸੈਸ਼ਨ ਰੱਖ ਲਿਆ ਕਰਾਂਗੇ ਅੱਧੇ ਘੰਟੇ ਦਾ ਠੀਕ ਹੈ ਚਾਹੇ ਦੋ ਦਿਨ ਬਾਅਦ ਰੱਖ ਲਈਏ ਪੰਜ ਦਿਨ ਬਾਅਦ ਰੱਖ ਲਈਏ ਹਫਤੇ ਦੇ ਦੋ ਦਿਨ ਰੱਖ ਲਈਏ ਪਲੀਜ਼ ਤੇ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਅੱਜ ਮੈਂ ਕਲੀਅਰ ਕਰਕੇ ਜਾਊਂਗਾ ਇਹਨੂੰ ਸੁਣ ਕੇ ਜ਼ਰੂਰ ਜਾਇਓ ਵਾਰ-ਵਾਰ ਫਿਰ ਉਹੀ ਮੈਸੇਜ ਆਉਂਦਾ ਸਰ ਜੀ ਬੈਂਕਿੰਗ ਦੇ ਨੋਟਸ ਦੇ ਦਿਓ ਬੈਂਕਿੰ ਤਾਂ ਕਿਰਪਾ ਕਰਕੇ ਦੇਖੋ ਬੈਂਕਿੰਗ ਦੇ ਕੋਈ ਵੀ ਨੋਟਸ ਨਹੀਂ ਹੈਗੇਗੇ ਨਾ ਮੈਨੂੰ ਕੋਈ ਲਾਲਚ ਆ ਕਿ ਮੈਂ ਤੁਹਾਨੂੰ ਨੋਟਸ ਬਣਾ ਕੇ ਇਧਰ ਉਧਰੋ ਕਾਪੀ ਪੇਸਟ ਕਰਕੇ ਦੇ ਦਵਾਂ ਉਹ ਤੁਹਾਡੇ ਕੰਮ ਨਾ ਆਉਣ ਤੇ ਬਾਅਦ ਤੁਸੀਂ ਮੈਨੂੰ ਬੋਲੋ ਕਿ ਸਰ ਨੇ ਸਾਡੇ ਤੋਂ ਪੈਸੇ ਲੈ ਲਏ ਭਾਈ ਕੰਮ ਕੋਈ ਆਇਆ ਨਹੀਂਗਾ ਤਾਂ ਇਦਾਂ ਦਾ ਕੰਮ ਨਾ ਤਾਂ ਮੈਂ ਕੀਤਾ ਤੇ ਨਾ ਮੈਂ ਕਰਨਾ ਬਾਕੀ ਦੇਖੋ ਆਪਣੀਆਂ 7-8 ਵੀਡੀਓ ਪਹਿਲਾਂ ਆਈਆਂ ਹੋਈਆਂ ਐਮਸੀਕਿਊ ਦੀਆਂ ਤੁਸੀਂ ਉਹ ਵੀ ਦੇਖ ਲੈਣੀਆਂ ਤੇ ਜਿਹੜੀ ਇੰਪੋਰਟੈਂਟ ਆਪਣੀ ਥਿਊਰੀ ਬਣਦੀ ਹੈ ਤੁਹਾਨੂੰ ਫ੍ਰੀ ਆਫ ਕਾਸਟ ਕਰਾਈ ਜਾਊਗੀ ਠੀਕ ਹੈ ਜੀ ਬਸ ਕਰਨਾ ਕੀ ਹੈ ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਜੇ ਵੀ ਬੈਂਕਿੰਗ ਆਪਾਂ ਸਟਾਰਟ ਕਰਤੀ ਆ ਓਕੇ ਹੈ ਜੀ ਚਲੋ ਧੰਨਵਾਦ ਤੁਹਾਡਾ ਆਪਾਂ ਸਟਾਰਟ ਕਰਦੇ ਆ ਰਾਜੇ ਅੱਜ ਦਾ ਸੈਸ਼ਨ ਬੜਾ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਆਪਾਂ ਪੜਨ ਜਾ ਰਹੇ ਹਿਸਟਰੀ ਆਫ ਬੈਂਕਿੰਗ ਜਿਹੜੀ ਦੇ ਜਿੱਥੋਂ ਕੀ ਆਪਣੇ ਘੱਟੋ ਘੱਟ 4-5 ਕੁਐਸਚਨ ਬਣਦੇ ਪੱਕੇ ਪੱਕੇ ਚਾਂਸਿਸ ਹੈ ਜਿੰਨਾ ਵੀ ਕੰਟੈਂਟ ਹੋਊਗਾ ਰਾਜੇ ਮੋਸਟ ਮੋਸਟ ਇੰਪੋਰਟੈਂਟ ਕੰਟੈਂਟ ਹੋਊਗਾ ਇਹ ਸਾਰਾ ਠੀਕ ਹੈ ਹਿਸਟਰੀ ਆਫ ਬੈਂਕਿੰਗ ਦਾ ਤਾਂ ਸਟਾਰਟ ਕਰਦੇ ਆਂ ਬੇਟੇ ਸਭ ਤੋਂ ਪਹਿਲਾਂ ਦੇਖਦੇ ਆਂ ਰਾਜੇ ਜਿਹੜਾ ਇੰਡੀਆ ਦੇ ਵਿੱਚ ਜਿਹੜੀ ਬੈਂਕਿੰਗ ਹੈਗੀ ਹੈ ਆਈ ਕਦੋਂ ਆ ਤਾਂ ਮੰਨਿਆ ਜਾਂਦਾ ਵੀ ਜਿਹੜੀ ਇੰਡੀਆ ਦੇ ਵਿੱਚ ਬੈਂਕਿੰਗ ਸਟਾਰਟ ਹੋਈ ਹੈ ਬੇਟੇ ਉਹ ਕਿਹੜੀ ਸੈਂਚਰੀ ਤੋਂ ਸਟਾਰਟ ਹੋਈ ਹੈ 18ਵੀਂ ਸੈਂਚਰੀ ਤੋਂ ਸਟਾਰਟ ਹੋਈ ਹੈ ਠੀਕ ਹੈ ਜੀ 18ਵੀਂ ਸੈਂਚਰੀ ਤੋਂ ਲਗਭਗ ਇੰਡੀਆ ਦੇ ਵਿੱਚ ਬੈਂਕ ਵਗੈਰਾ ਆਉਣੇ ਸਟਾਰਟ ਹੋ ਗਏ ਸੀਗੇ ਹੁਣ ਆਪਾਂ ਅਗਰ ਗੱਲ ਕਰੀਏ ਰਾਜੇ ਸਭ ਤੋਂ ਪਹਿਲਾ ਬੈਂਕ ਕਿਹੜਾ ਸੀਗਾ ਤਾਂ ਉਹ ਬੈਂਕ ਸੀਗਾ ਜੀ ਬੈਂਕ ਆਫ ਹਿੰਦੁਸਤਾਨ ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਹੈ ਤੁਹਾਡੇ ਪੇਪਰ ਵਾਸਤੇ ਬੈਂਕ ਆਫ ਹਿੰਦੁਸਤਾਨ ਰਾਜੇ ਜਿਹੜਾ ਸਟੈਬਲਿਸ਼ ਕੀਤਾ ਸੀਗਾ ਉਦੋਂ ਸਟੈਬਲਿਸ਼ ਹੋਇਆ ਸੀ ਜਦੋਂ ਆਪਾਂ ਕੀ ਸੀਗੇ ਗੁਲਾਮ ਸੀਗੇ ਕਦੋਂ ਹੋਇਆ ਸੀਗਾ ਰਾਜੇ ਇਹ ਵੀ ਯਾਦ ਰੱਖਣਾ 1770 ਈਸਵੀ ਨੂੰ ਹੋਇਆ ਸੀਗਾ ਤੇ ਉਹਦਾ ਨਾਮ ਸੀਗਾ ਜੀ ਬੈਂਕ ਆਫ ਹਿੰਦੁਸਤਾਨ ਉਹ ਇੱਕ ਮਤਲਬ ਕੀ ਜਿਹੜੀ ਇੰਗਲਿਸ਼ ਏਜੰਸੀ ਸੀਗੀ ਜਾਇ ਕਿ ਲੋ ਬ੍ਰਿਟਿਸ਼ ਦੀ ਐਂਟਰ ਸੀਗੀ ਆਪਾਂ ਉਹਨਾਂ ਨੇ ਬਣਾਇਆ ਸੀਗਾ ਕੌਣ ਸੀਗਾ ਜੀ ਹਾਊਸ ਆਫ ਅਲੈਗਜ਼ੈਂਡਰ ਐਂਡ ਕੰਪਨੀ ਤੇ ਸਟੈਬਲਿਸ਼ ਕਿੱਥੇ ਕੀਤਾ ਗਿਆ ਸੀ ਇਹ ਵੀ ਇੰਪੋਰਟੈਂਟ ਬਣ ਸਕਦਾ ਕੋਲਕੱਤਾ ਦੇ ਵਿੱਚ ਕੋਲਕੱਤਾ ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਸੀਗਾ ਤੇ 1770 ਦੇ ਵਿੱਚ ਸ਼ੁਰੂ ਹੋਇਆ ਬਟ ਬੇਟੇ ਕਿਸੇ ਕਾਰਨਾ ਕਰਕੇ ਫੇਲ ਹੋ ਗਿਆ ਸੀਗਾ ਤੇ 1832 ਦੇ ਵਿੱਚ ਕੀ ਹੋ ਗਿਆ ਬੰਦ ਹੋ ਗਿਆ ਤਾਲਾ ਲੱਗ ਗਿਆ ਇਹਨੂੰ ਠੀਕ ਹੈ ਜੀ ਇਹ ਗੱਲ ਹੁਣ ਤਿੰਨ ਗੱਲਾਂ ਯਾਦ ਰੱਖਣੀਆਂ ਨੇ 18ਵੀਂ ਸੈਂਚਰੀ ਦੇ ਵਿੱਚ ਸਟਾਰਟ ਹੋਈ ਬੈਂਕਿੰਗ ਪਹਿਲਾ ਬੈਂਕ ਕਿਹੜਾ ਸੀ ਬੈਂਕ ਆਫ ਹਿੰਦੁਸਤਾਨ 1770 ਦੇ ਵਿੱਚ ਸ਼ੁਰੂ ਹੋਇਆ ਤੇ 1832 ਚ ਬੰਦ ਹੋ ਗਿਆ ਸ਼ੁਰੂ ਕੀਨੇ ਕੀਤਾ ਸੀਗਾ ਹਾਊਸ ਆਫ ਅਲੈਗਜ਼ੈਂਡਰ ਐਂਡ ਕੰਪਨੀ ਇਨ ਕੋਲਕਾਤਾ ਅੱਗੇ ਗੱਲ ਕਰਦੇ ਆਂ ਜੀ ਫਰਦਰ ਫਿਰ 1786 ਦੇ ਵਿੱਚ ਇੱਕ ਬੈਂਕ ਆਇਆ ਜੀ ਜਰਨਲ ਬੈਂਕ ਆਫ ਇੰਡੀਆ ਠੀਕ ਹੈ ਜੀ ਇਹ ਵੀ ਫੇਲ ਹੋ ਗਿਆ ਸੀਗਾ ਕਿਸੇ ਕਾਰਨਾ ਕਰਕੇ ਤੇ 1791 ਨੂੰ ਇਹ ਵੀ ਕੀ ਹੋ ਗਿਆ ਤਾਲਾ ਲੱਗ ਗਿਆ ਬੰਦ ਹੋ ਗਿਆ ਬਸ ਨਾਮ ਯਾਦ ਰੱਖਣੇ ਨੇ ਸਟਾਰਟ ਕਦੋਂ ਹੋਇਆ ਤੇ ਬੰਦ ਕਦੋਂ ਹੋਇਆ ਅੱਗੇ ਚੱਲਦੇ ਆਂ ਜੀ ਆਪਾਂ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਨੈਕਸਟ ਆ ਗਈ ਤੁਹਾਡਾ ਪ੍ਰੈਜ਼ੀਡੈਂਸੀ ਬੈਂਕ ਹੁਣ ਉਸ ਟਾਈਮ ਕੀ ਸੀਗਾ ਰਾਜੇ ਆਪਣੇ ਦੇਸ਼ ਦੇ ਵਿੱਚ ਅੰਗਰੇਜ਼ੀ ਹਕੂਮਤ ਹੈਗੀ ਸੀਗੀ ਬਟ ਕੁਝ ਆਪਣੀਆਂ ਜਿਹੜੀਆਂ ਸਿਆਸੀ ਰਾਜਾਂ ਦੀਆਂ ਸੀਗੀਆਂ ਸਿਆ મતલਬ ਕਿ ਰਿਆਸਤਾਂ ਸੀਗੀਆਂ ਤਾਂ ਉਹਨਾਂ ਨੇ ਕੀ ਕੀਤਾ ਰਾਜੇ ਉਹ ਮਤਲਬ ਕਿ ਫੰਡ ਵਗੈਰਾ ਕਰਦੇ ਸੀਗੇ ਤੇ ਉਹਨਾਂ ਕਰਕੇ ਜਿਹੜੀ ਤਿੰਨ ਬੈਂਕ ਆਏ ਨੇ 3 ਪ੍ਰੈਜ਼ੀਡੈਂਸੀ ਬੈਂਕ ਆਏ ਨੇ ਉਹ ਬੈਂਕਾਂ ਦੇ ਨਾਮ ਯਾਦ ਰੱਖਣੇ ਨੇ ਬੜੇ ਇੰਪੋਰਟੈਂਟ ਨੇ ਰਾਜੇ ਉਹ ਕਿਹੜੇ ਨੇ ਰਾਜੇ ਉਹ ਪਹਿਲਾ ਹੈਗਾ ਜੀ ਬੈਂਕ ਆਫ ਬੰਗਾਲ ਨਾਮ ਯਾ ਰੱਖਣੇ ਨੇ ਬੈਂਕ ਆਫ ਬੰਗਾਲ ਕਿੰਨੇ ਆ ਜੀ 1806 ਦੇ ਵਿੱਚ ਬਣਾਇਆ ਗਿਆ ਬੈਂਕ ਆਫ ਬੰਬਈ 1840 ਤੇ ਬੈਂਕ ਆਫ ਮਦਰਾਸ 1843 ਆਪਾਂ ਇਹ ਕਹਿ ਸਕਦੇ ਹਾਂ ਵੀ ਉਸ ਟਾਈਮ ਤੇ ਠੀਕ ਹੈ ਜੀ ਤਿੰਨ ਬੈਂਕ ਬਣਾਏ ਗਏ ਕੁਐਸਚਨ ਇੱਕ ਆਇਆ ਹੋਇਆ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਵੀ ਕਿੰਨੇ ਪ੍ਰੈਜ਼ੀਡੈਂਸੀ ਬੈਂਕ ਸੀਗੇ ਤਾਂ ਉੱਥੇ ਸੀਗਾ 1 2 3 4 ਤਾਂ 3 ਕੀ ਹੋ ਜੂਗਾ ਤੁਹਾਡਾ ਰਾਈਟ ਆਨਸਰ ਹੋ ਜੂਗਾ ਬਸ ਨਾਮ ਯਾਦ ਰੱਖਣੇ ਨੇ ਨੰਬਰ ਯਾਦ ਰੱਖਣਾ ਕਿੰਨੇ ਨੇ ਤਿੰਨ ਬੈਂਕ ਨੇ ਠੀਕ ਹੈ ਜਿਹਨੂੰ ਕਿਹਾ ਜਾਂਦਾ ਜੀ ਪ੍ਰੈਜ਼ੀਡੈਂਸੀ ਬੈਂਕ ਕਿਹਾ ਜਾਂਦਾ ਹੈ ਬੇਸਿਕਲੀ ਉਸ ਟਾਈਮ ਤੇ ਜਿਹੜੀ ਗਵਰਨਮੈਂਟ ਬਣੀ ਸੀਗੀ ਉਹਨਾਂ ਦੇ ਅੰਡਰ ਸੀਗੇ ਇਹ ਤਿੰਨ ਬੈਂਕ ਜ਼ਿਆਦਾ ਡਿਟੇਲ ਚ ਜਾਣ ਦੀ ਜ਼ਰੂਰਤ ਨਹੀਂ ਆਪਾਂ ਹਿਸਟਰੀ ਨਹੀਂ ਪੜ੍ਹਨੀ ਇੱਥੇ ਆਪਾਂ ਜਸਟ ਬੈਂਕਿੰਗ ਪੜ੍ਹਨੀ ਆ ਤਾਂ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਾਂਗੇ ਜ਼ਿਆਦਾ ਮੈਂ ਡਿਟੇਲ ਚ ਨਹੀਂ ਜਾਊਂਗਾ ਅੱਗੇ ਗੱਲ ਕਰਦੇ ਹਾਂ ਜੀ ਹੁਣ ਆਪਾਂ ਜਿਹੜੇ ਇਹ ਤਿੰਨੇ ਬੈਂਕ ਸੀਗੇ ਰਾਜੇ ਬਾਅਦ ਵਿੱਚ ਕੀ ਕਰ ਦਿੱਤੇ ਗਏ ਰੀਆਰਗੇਨਾਈਜ਼ ਕਰ ਦਿੱਤੇ ਗਏ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਮਰਜ਼ ਕਰਤੇ ਇਹ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰ ਇਹ ਤਾਰੇ ਕੀ ਮਰਜ ਕਰ ਦਿੱਤੇ ਗਏ ਮਰਜ ਕਰਕੇ ਕੀ ਕਰਤੇ ਰਾਜੇ ਸਿੰਗਲ ਇੱਕ ਆਰਗੇਨਾਈਜੇਸ਼ਨ ਬਣਾ ਦਿੱਤੀ ਗਈ ਥੈਟ ਇਜ਼ ਕਾਲਡ ਇੰਪੀਰੀਅਲ ਬੈਂਕ ਆਫ ਇੰਡੀਆ 101% ਕੁਐਸਚਨ ਪੁੱਛਿਆ ਜਾਊਗਾ ਇਹ ਗਾਰੰਟੀ ਹੈ ਇਹ ਹੈਗਾ ਜੀ ਇੰਪੀਰੀਅਲ ਬੈਂਕ ਆਫ ਇੰਡੀਆ ਬਣਿਆ ਕਦੋਂ ਸੀਗਾ 27 ਜਨਵਰੀ 1927 ਨੂੰ ਬਣਿਆ ਸੀਗਾ 27 ਜਨਵਰੀ 1927 ਨੂੰ ਕਿਹੜੇ ਕਿਹੜੇ ਬੈਂਕ ਨੂੰ ਮਿਲਾ ਕੇ ਬਣਿਆ ਤਿੰਨ ਬੈਂਕਾਂ ਨੂੰ ਮਿਲਾ ਕੇ ਬਣਿਆ ਸੀਗਾ ਤੇ ਲੇਟਰ ਆਉਣੇ ਰਾਜੇ ਟਰਾਂਸਫਾਰਮਡ ਕੀਤਾ ਗਿਆ ਕਿਦੇ ਵਿੱਚ ਸਟੇਟ ਬੈਂਕ ਆਫ ਇੰਡੀਆ 1955 ਦੇ ਵਿੱਚ ਤਾਂ ਆਇਆ ਪੁੱਛਿਆ ਜਾਂਦਾ ਹੁੰਦਾ ਵੀ ਸਟੇਟ ਬੈਂਕ ਆਫ ਇੰਡੀਆ ਦਾ ਪਹਿਲਾ ਨਾਮ ਕੀ ਸੀਗਾ امਪੀਰੀਅਲ ਬੈਂਕ ਆਫ ਇੰਡੀਆ 101% ਕੁਐਸਚਨ ਆਉਂਦਾ ਔਰ ਆਉਂਦਾ ਵੀ ਬਹੁਤ ਵਾਰੀ ਹੈ ਠੀਕ ਹੈ ਜੀ ਬੱਚੇ ਕੀ ਲਾ ਕੇ ਆਉਂਦੇ ਉੱਥੇ ਪੀ ਐਨ ਬੀ ਲਾ ਕੇ ਆ ਜਾਂਦੇ ਆ ਤਾਂ ਉਹ ਗਲਤ ਹੈ ਪੀ ਐਨ ਬੀ ਨਹੀਂ ਹੈਗਾ ਸਟੇਟ ਬੈਂਕ ਆਫ ਇੰਡੀਆ ਦਾ ਨਾਮ ਹੈਗਾ ਜੀ امਪੀਰੀਅਲ ਬੈਂਕ ਆਫ ਇੰਡੀਆ ਅੱਗੇ ਗੱਲ ਕਰਦੇ ਆ ਜੀ ਕੁਝ ਹੋਰ 올ਡ ਬੈਂਕ ਹੈਗੇ ਆ ਜਿਹੜੇ ਪੁੱਛੇ ਜਾ ਸਕਦੇ ਆ ਪਹਿਲਾ ਹੈਗਾ ਜੀ ਅਲਹਾਬਾਦ ਬੈਂਕ ਅਲਹਾਬਾਦ ਬੈਂਕ ਰਾਜ ਐਸਟੈਬਲਿਸ਼ ਹੋਇਆ ਸੀਗਾ 1865 ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਉੱਤਰ ਪ੍ਰਦੇਸ਼ ਇਟ ਇਜ਼ ਦਾ 올ਡੇਸਟ ਜੁਆਇੰਟ ਸਟਾਕ ਬੈਂਕ ਆਫ आवर ਕੰਟਰੀ ਤਾਂ ਪੁੱਛਿਆ ਜਾ ਸਕਦਾ ਵੀ 올ਡੇਸਟ ਜੁਆਇੰਟ ਸਟਾਕ ਬੈਂਕ ਕਿਹੜਾ ਹੈਗਾ ਤਾਂ ਫਿਰ ਆਨਸਰ ਆਊਗਾ ਜੀ ਤੁਹਾਡਾ ਅਲਹਾਬਾਦ ਬੈਂਕ ਯੂਪੀ ਦੇ ਵਿੱਚ ਠੀਕ ਹੈ ਜੀ ਜਿਹੜਾ ਹੁਣ ਤੱਕ ਚੱਲ ਰਿਹਾ ਕੰਮ ਕਰ ਰਿਹਾ ਫੇਲ ਨਹੀਂ ਹੋਇਆਗਾ ਸਭ ਤੋਂ ਪੁਰਾਣਾ ਹੈ ਅੱਗੇ ਆਗਾ ਜੀ ਆਊਧ ਕਮਰਸ਼ੀਅਲ ਬੈਂਕ ਇਹ ਵੀ ਸਟੈਬਲਿਸ਼ ਹੋਇਆ ਸੀਗਾ ਜੀ 1881 ਦੇ ਵਿੱਚ ਫੈਜ਼ਾਬਾਦ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤੇ ਕਹਿੰਦਾ ਫਰਸਟ ਲਿਮਿਟਿਡ ਲਾਇਬਿਲਟੀ ਬੈਂਕ ਇਨ ਇੰਡੀਆ ਐਂਡ ਆਲਸੋ ਫਰਸਟ ਜੁਆਇੰਟ ਸਟਾਕ ਬੈਂਕ ਬਾਈ ਇੰਡੀਅਨ ਠੀਕ ਹੈ ਜੀ ਇਹ ਜਿਹੜਾ ਮਤਲਬ ਜੁਆਇੰਟ ਸਟਾਕ ਬੈਂਕ ਹੈਗਾ ਇਹ ਪੂਰਾ ਮਤਲਬ ਕਿ ਇੰਡੀਅਨ ਦੇ ਹੱਥ ਦੇ ਵਿੱਚ ਸੀਗਾ ਠੀਕ ਹੈ ਜੀ ਬਟ ਇਹ ਕੀ ਹੋ ਗਿਆ ਰਾਜੇ ਇਹ ਵੀ ਬੰਦ ਹੋ ਗਿਆ ਸੀਗਾ ਕੁਛ ਆ ਕਾਰਨਾ ਕਰਕੇ ਫੇਲ ਹੋ ਗਿਆ ਸੀ 1958 ਦੇ ਵਿੱਚ ਠੀਕ ਹੈ ਮਤਲਬ ਕਿ ਇਹ ਕਹਿਣ ਦਾ ਮਤਲਬ ਕਿ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਪੈਸਾ ਵਗੈਰਾ ਹੈ ਨਹੀਂ ਸੀਗਾ ਇੰਡੀਅਨ ਕੋਲੇ ਤਾਂ ਉਸ ਕਰਨਾ ਕਰਕੇ ਕੀ ਹੋ ਗਿਆ ਬੰਦ ਹੋ ਗਿਆ ਆਊਧ ਕਮਰਸ਼ੀਅਲ ਬੈਂਕ ਇਹ ਪੁੱਛਿਆ ਜਾਂਦਾ ਹੁੰਦਾ ਹੈ 1881 ਦੇ ਵਿੱਚ ਓਕੇ ਹੈ ਜੀ ਅੱਗੇ ਵਧਦੇ ਹਾਂ ਆਪਾਂ ਅੱਗੇ ਆ ਗਿਆ ਜੀ ਆਪਣਾ ਜਿਹੜਾ ਹੁਣ ਤੱਕ ਚੱਲ ਰਿਹਾ ਹੈ ਪੰਜਾਬ ਨੈਸ਼ਨਲ ਬੈਂਕ ਸਟੈਬਲਿਸ਼ ਕਦੋਂ ਹੋਇਆ ਇਹ ਪੁੱਛਿਆ ਜਾਂਦਾ ਹੁੰਦਾ ਹੈ 1895 ਦੇ ਵਿੱਚ ਤੇ ਕਿੱਥੇ ਹੋਇਆ ਸੀ ਰਾਜੇ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਨਾਓ ਇਟ ਵਾਸ ਆਲਸੋ ਦਾ ਫਰਸਟ ਬੈਂਕ ਟੂ ਬੀ ਮੈਨੇਜਡ solely by the indian ਕਹਿੰਦਾ ਭਾਵ ਪਹਿਲਾ ਬੈਂਕ ਜਿਹੜਾ ਕਿ ਇੰਡੀਅਨ ਦੁਆਰਾ ਚਲਾਇਆ ਗਿਆ ਮਤਲਬ ਕਿ ਕੰਟਰੋਲ ਇੰਡੀਅਨ ਕੋਲੇ ਸੀਗਾ ਸਾਰਾ ਕੰਮਕਾਰ ਇੰਡੀਅਨ ਕੋਲੇ ਸੀਗਾ ਪੰਜਾਬ ਨੈਸ਼ਨਲ ਬੈਂਕ 1895 ਤਾਂ ਇਹ ਸੀਗੇ ਬਹੁਤ ਮੋਸਟ ਇੰਪੋਰਟੈਂਟ ਬੈਂਕ ਸੀਗੇ ਅੱਗੇ ਵਧਦੇ ਆ ਜੀ ਆਪਾਂ ਵੀਡੀਓ ਦੇ ਅਗਲੇ ਪਾਰਟ ਦੇ ਵੱਲ ਅੱਗੇ ਆਪਾਂ ਗੱਲ ਕਰਦੇ ਆ ਜੀ ਇੱਕ ਨਾ ਸਵਦੇਸ਼ੀ ਮੂਵਮੈਂਟ ਆਇਆ ਸੀਗਾ ਜਿਹੜਾ ਮਹਾਤਮਾ ਗਾਂਧੀ ਨੇ ਚਲਾਇਆ ਸੀਗਾ ਜਦੋਂ ਬੰਗਾਲ ਦੀ ਪਾਰਟੀਸ਼ਨ ਕਰ ਦਿੱਤੀ ਗਈ ਸੀ ਅੰਗਰੇਜ਼ਾਂ ਦੁਆਰਾ ਵੀ ਬੰਗਾਲ ਨੂੰ ਦੋ ਹਿੱਸਿਆਂ 'ਚ ਵੰਡਤਾ ਸੀਗਾ ਉਦੋਂ ਕੀ ਹੋ ਗਿਆ ਸੀਗਾ ਬਹੁਤ ਰੋਸ ਹੋ ਗਿਆ ਸੀ ਲੋਕਾਂ ਦੇ ਵਿੱਚ ਇੰਡੀਅਨ ਦੇ ਵਿੱਚ ਉਦੋਂ ਸਵਦੇਸ਼ੀ ਮੂਵਮੈਂਟ ਆਈ ਸੀਗੀ ਵੀ ਜਿੰਨਾ ਵੀ ਆਹ ਜਿਹੜਾ ਬਾਹਰਲੇ ਮੁਲਕ ਦਾ ਕੰਮ ਕਾਜ ਹੈਗਾ ਜਾਂ ਜਿਹੜਾ ਵੀ ਸਮਾਨ ਲੈ ਕੇ ਆਉਂਦੇ ਉਹਨਾਂ ਦਾ ਬਾਈਕਾਟ ਕਰੋ ਜਦੋਂ ਉਹਨਾਂ ਨੇ ਚਰਖਾ ਚਲਾਇਆ ਸੀ ਕਹਿਣ ਦਾ ਭਾਵ ਗਾਂਧੀ ਨੇ ਚਰਖਾ ਚਲਾਇਆ ਸੀਗਾ ਇਸ ਜਿਹੜੀ ਸਵਦੇਸ਼ੀ ਮੂਵਮੈਂਟ ਹੈਗੀ ਰਾਜੇ ਇਹਨਾਂ ਨੇ ਬੈਂਕ ਦੇ ਕੰਮ ਕਾਜ ਤੇ ਬਹੁਤ ਵੱਡਾ ਮਤਲਬ ਕਿ ਫੈਕਟ ਪਾਇਆ ਬਹੁਤ ਵੱਡਾ ਇਫੈਕਟ ਆਇਆ ਉਸ ਟਾਈਮ ਤੇ ਉਹਦਾ ਕਾਰਨ ਇਸਟੈਬਲਿਸ਼ਮ ਮਤਲਬ ਕਿ ਜਦੋਂ ਸੁਵਦੇਸ਼ੀ ਮੂਵਮੈਂਟ ਆਈ ਸੀਗੇ ਨਾ ਰਾਜੇ ਉਸ ਟਾਈਮ ਤੇ ਬਹੁਤ ਸਾਰੇ ਬੈਂਕ ਆਏ 1906 ਤੋਂ ਲੈ ਕੇ 1911 ਦੇ ਵਿੱਚਕਾਰ ਬਹੁਤ ਸਾਰੇ ਨਾ ਬੈਂਕ ਆਏ ਉਹਨਾਂ ਦਾ ਕਾਰਨ ਕੀ ਸੀਗਾ ਜਿਹੜੇ ਲੋਕਲ ਬਿਜ਼ਨਸਮੈਨ ਸੀਗੇ ਤੇ ਜਿਹੜੇ ਸਟਰੋਂਗ ਪੋਲਿਟਿਕਲ ਫਿਗਰਸ ਆਫ ਇੰਡੀਆ ਸੀਗੇ ਉਹਨਾਂ ਨੇ ਕੀ ਕੀਤਾ ਫੰਡ ਫੰਡਿੰਗ ਦੇਣੀ ਸ਼ੁਰੂ ਕਰਤੀ ਉਹ ਚਾਹੁੰਦੇ ਸੀ ਵੀ ਜਿਹੜਾ ਅਸੀਂ ਪੈਸਾ ਲਾਈਏ ਅਸੀਂ ਆਪਦੀ ਕਮਿਊਨਿਟੀ ਦੇ ਵਿੱਚ ਲਾਈਏ ਹਨਾ ਆਪਣੇ ਲੋਕਾਂ ਦੇ ਵਿੱਚ ਲਾਈਏ ਤਾਂ ਉਸ ਟਾਈਮ ਤੇ ਬਹੁਤ ਸਾਰੇ ਬੈਂਕ ਆਏ ਉਹ ਬੈਂਕ ਕਿਹੜੇ-ਕਿਹੜੇ ਆਏ ਇਹ ਨਾਮ ਪੁੱਛੇ ਜਾ ਸਕਦੇ ਆ ਉਹ ਬੈਂਕ ਹੈਗੇ ਕਿਹ ਕੈਨਰਾ ਬੈਂਕ 1906 ਦੇ ਵਿੱਚ ਬੈਂਕ ਆਫ ਇੰਡੀਆ 1906 ਕਾਰਪੋਰੇਸ਼ਨ ਬੈਂਕ ਹੋ ਗਿਆ ਜੀ ਇੰਡੀਅਨ ਬੈਂਕ ਹੋ ਗਿਆ ਬੈਂਕ ਆਫ ਬਰੋਡਾ ਇਹ ਸਾਰੇ ਬੈਂਕ ਹੋਂ ਤੱਕ ਚੱਲ ਰਹੇ ਆ ਤੁਸੀਂ ਨਾਮ ਸੁਣਦੇ ਹੋਵੋਗੇ ਇਹ ਸਾਰੇ ਪੁਰਾਣੇ ਬੈਂਕ ਨੇ ਦੇਖੋ ਆਪਾਂ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਦੇ ਬੈਂਕ ਨੇ ਸਾਰੇ ਠੀਕ ਹੈ ਇਹ ਯਾਦ ਰੱਖ ਲੈਣੇ ਨੇ ਤੇ ਸਟੈਬਲਿਸ਼ ਇਅਰਥ ਕਿਸੇ ਤੋਂ ਪੁੱਛਿਆ ਜਾ ਸਕਦਾ ਦੇਖੋ ਸਾਰੇ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਐਸਬੀਆਈ ਹੋ ਗਿਆ ਪੀਐਨਬੀ ਹੋ ਗਿਆ ਇੰਪੀਰੀਅਲ ਬੈਂਕ ਹੋ ਗਿਆ ਆਊਧ ਬੈਂਕ ਹੋ ਗਿਆ ਅਲਾਹਾਬਾਦ ਬੈਂਕ ਹੋ ਗਿਆ ਜਿਹੜੇ 올ਡੈਸਟ ਨੇ ਉਹ ਯਾਦ ਰੱਖ ਲਿਓ ਅੱਗੇ ਆਗਾ ਜੀ ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਰਿਜ਼ਰਵ ਬੈਂਕ ਆਫ ਇੰਡੀਆ ਜਿਹਨੂੰ ਆਪਾਂ ਕਹਿੰਦੇ ਨੇ ਜੀ ਆਰਬੀਆਈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜਾ ਆਰਬੀਆਈ ਹੈਗਾ ਸਟੈਬਲਿਸ਼ ਕਦੋਂ ਹੋਇਆ ਸੀ ਬੇਟੇ 1 ਅਪ੍ਰੈਲ 1935 1 ਅਪ੍ਰੈਲ ਵੀ ਯਾਦ ਰੱਖਣਾ ਕਿਉਂਕਿ ਕੁਐਸਚਨ ਪੁੱਛਿਆ ਜਾਊਗਾ ਵੀ ਸਟੈਬਲਿਸ਼ ਕਦੋਂ ਹੋਇਆ ਉੱਥੇ ਹੋਊਗਾ ਜੀ 1 ਫਰਵਰੀ 1 ਮਾਰਚ 1 ਅਪ੍ਰੈਲ 1 ਮਈ ਤਾਂ ਤੁਸੀਂ ਅਪ੍ਰੈਲ ਯਾਦ ਰੱਖਣਾ 1 ਅਪ੍ਰੈਲ 1935 ਦੇ ਵਿੱਚ ਕੀ ਹੋਇਆ ਸੀਗਾ ਸਟੈਬਲਿਸ਼ ਹੋਇਆ ਸੀਗਾ ਜੇ ਉਹ ਪੁੱਛਣਗੇ ਵੀ ਕਿਹੜੇ ਐਕਟ ਦੇ ਅ ਜੇ ਤਾਂ ਐਕਟ ਪੁੱਛਣਗੇ ਤਾਂ 1934 ਜੇ ਸਟੈਬਲਿਸ਼ ਇਅਰ ਪੁੱਛਣਗੇ ਤਾਂ 1935 1st April ਓਕੇ ਹੈ ਜੀ ਤੇ ਦੂਜੀ ਗੱਲ ਇਹ ਯਾਦ ਰੱਖਣੀ ਆ ਵੀ ਕਿਹਦੀ ਰეკਮੈਂਡੇਸ਼ਨ ਤੇ ਆਇਆ ਸੀਗਾ ਕਿਹਨੇ ਸਲਾਹ ਦਿੱਤੀ ਸੀਗੀ ਤਾਂ ਇੱਕ ਤੁਹਾਨੂੰ ਪਤਾ ਹੈ ਰਾਇਲ ਕਮਿਸ਼ਨ ਆਇਆ ਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਹੇਲਟਨ ਜੰਗ ਕਮਿਸ਼ਨ ਯਾਦ ਰੱਖਣਾ ਹੇਲਟਨ ਜੰਗ ਕਮਿਸ਼ਨ ਆਲਸੋ ਨੋਨ ਐਸ ਦ ਰਾਇਲ ਕਮਿਸ਼ਨ ਔਨ ਇੰਡੀਅਨ ਕਰੰਸੀ ਐਂਡ ਫਾਈਨਾਂਸ ਇਹ ਆਇਆ ਸੀਗਾ ਜੀ ਇਹਨਾਂ ਦੀ ਰეკਮੈਂਡੇਸ਼ਨ ਤੇ ਕੀ ਕੀਤਾ ਗਿਆ ਇਹਨੂੰ ਸਟੈਬਲਿਸ਼ ਕੀਤਾ ਗਿਆ ਆਰਬੀਆਈ ਨੂੰ ਠੀਕ ਹੈ ਹੁਣ ਇਹ ਪੁੱਛਿਆ ਜਾਂਦਾ ਵੀ ਜਿਹੜਾ RBI ਹੈਗਾ ਪਹਿਲਾਂ ਸੈਟਅਪ ਕਿੱਥੇ ਕੀਤਾ ਗਿਆ ਕਲਕੱਤਾ ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ ਲੇਕਿਨ ਬਾਅਦ ਦੇ ਵਿੱਚ ਲਿਟਰ ਆਉਣੇ ਨੂੰ ਕੀ ਕੀਤਾ ਪਰਮਾਨੈਂਟਲੀ ਮੂਵ ਕਰਤਾ ਮੁੰਬਈ ਦੇ ਵਿੱਚ ਤਾਂ ਕਹਿਣ ਦਾ ਪਾਵੇ ਦਾ ਹੈੱਡ ਆਫਿਸ ਕਿੱਥੇ ਹੈਗਾ ਹੈੱਡ ਕੁਆਟਰ ਕਿੱਥੇ ਹੈਗਾ ਮੁੰਬਈ ਦੇ ਵਿੱਚ ਹੈਗਾ ਤੇ ਕਦੋਂ ਮੂਵ ਕੀਤਾ ਰਾਜੇ 1937 ਦੇ ਵਿੱਚ ਕੀਤਾ ਠੀਕ ਹੈ ਜੀ 1937 ਦੇ ਵਿੱਚ ਮੂਵ ਕੀਤਾ ਗਿਆ ਇਹ ਕਲਕੱਤਾ ਤੋਂ ਮੁੰਬਈ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਆਪਾਂ ਇਸ ਤੋਂ ਇਲਾਵਾ ਰਾਜੇ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਜਦੋਂ ਆਪਣਾ ਦੇਸ਼ ਆਜ਼ਾਦ ਮਤਲਬ ਕੀ ਕਹਿੰਦਾ ਭਾਪਕੀ ਦੇਸ਼ ਆਜ਼ਾਦ ਹੋ ਗਿਆ ਸੀ 1947 ਦੇ ਵਿੱਚ ਤਾਂ ਉਦੋਂ ਪਾਕਿਸਤਾਨ ਤਾਂ ਅਲੱਗ ਹੋ ਗਿਆ ਪਰ ਆਜ਼ਾਦੀ ਤੋਂ ਪਹਿਲਾਂ ਕੀ ਹੈ ਰਾਜੇ ਇਹ ਐਕਟ ਕਰਦਾ ਸੀ ਕਾਦੇ ਵਾਸਤੇ ਸੈਂਟਰਲ ਬੈਂਕ ਇੰਸਟੀਚਿਊਟ ਵਾਸਤੇ ਦੋ ਦੇਸ਼ਾਂ ਵਾਸਤੇ ਨੇ ਐਕਟ ਕੀਤਾ ਇੱਕ ਤਾਂ ਪਾਕਿਸਤਾਨ ਵਾਸਤੇ ਤਾਂ ਕਰੂਗਾ ਹੀ ਕਰੂਗਾ ਕਿਉਂਕਿ ਪਾਕਿਸਤਾਨ ਕਿਹਦਾ ਪਾਰਟ ਸੀਗਾ ਆਪਣੇ ਇੰਡੀਆ ਦਾ ਪਾਰਟ ਸੀਗਾ ਠੀਕ ਹੈ ਜੇ ਦੋ ਆਜ਼ਾਦੀ ਤੋਂ ਬਾਅਦ ਉਹ ਵੱਖ ਹੋ ਗਏ ਤਾਂ ਫਿਰ ਕੀ ਹੈ ਇਹ ਇੰਡੀਆ ਦੇ ਵਿੱਚ ਹੀ ਰਹਿ ਗਿਆ ਬੈਂਕ ਪਾਕਿਸਤਾਨ ਦੇ ਵਿੱਚ ਨਹੀਂ ਹੈਗਾ ਤਾਂ 1947 ਤੱਕ ਤਾਂ ਇਹਨੇ ਕੀ ਕੀਤਾ ਪਾਕਿਸਤਾਨ ਵਾਸਤੇ ਕੰਮ ਕੀਤਾ ਤੇ ਇੱਕ ਮਿਆਂਮਾਰ ਵਾਸਤੇ ਠੀਕ ਹੈ ਮਿਆਂਮਾਰ ਵਾਸਤੇ ਵੀ ਕੰਮ ਕੀਤਾ 1948 ਤੱਕ ਠੀਕ ਹੈ ਇਟ ਐਕਟ ਐਸ ਅ ਸੈਂਟਰਲ ਬੈਂਕਿੰਗ ਇੰਸਟੀਟਿਊਟ ਫਾਰ ਦਾ ਮਿਆਂਮਾਰ ਟਿਲ 1948 ਤੇ ਟਿਲ 1947 ਫਾਰ ਪਾਕਿਸਤਾਨ ਇਹ ਵੀ ਪੁਆਇੰਟ ਯਾਦ ਰੱਖਣਾ ਮੋਸਟ ਇੰਪੋਰਟੈਂਟ ਪੁਆਇੰਟ ਹੈ ਅੱਗੇ ਗੱਲ ਕਰਦੇ ਹਾਂ ਜੀ ਆਰਬੀਆਈ ਨੂੰ ਨੈਸ਼ਨਲਾਈਜ਼ ਕਦੋਂ ਕੀਤਾ ਗਿਆ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਨੈਸ਼ਨਲਾਈਜ਼ ਹੋਇਆ ਜੀ ਇਹ 1 ਜਨਵਰੀ 1949 ਨੂੰ ਠੀਕ ਹੈ ਸਟੈਬਲਿਸ਼ ਤਾਂ ਹੋ ਗਿਆ ਸੀ 1935 ਦੇ ਵਿੱਚ ਪਰ ਨੈਸ਼ਨਲਾਈਜ਼ ਕਦੋਂ ਹੋਇਆ ਸੀ 1949 ਦੇ ਵਿੱਚ ਹੋਇਆ ਜਦੋਂ ਕੀ ਆਇਆ ਆਪਣੇ ਕੋਲੇ ਇੱਕ ਐਕਟ ਆਇਆ ਸੀ 1948 ਦੇ ਵਿੱਚ ਟਰਾਂਸਫਰ ਟੂ ਦਾ ਪਬਲਿਕ ਓਨਰਸ਼ਿਪ ਐਕਟ ਠੀਕ ਹੈ ਜੀ 1948 ਦੇ ਵਿੱਚ ਹੋਇਆ ਸੀਗਾ ਬਾਕੀ ਚਿੰਤਾ ਨਾ ਕਰਿਓ ਐਕਟ ਵਗੈਰਾ ਵੀ ਪੜਾ ਦਾਂਗੇ ਤੁਹਾਨੂੰ ਫਿਲਹਾਲ ਦੀ ਘੜੀ ਤੁਸੀਂ ਇੰਨਾ ਯਾਦ ਰੱਖਣਾ ਵੀ ਨੈਸ਼ਨਲਾਈਜ਼ ਕਦੋਂ ਕੀਤਾ ਗਿਆ ਤੇ ਕਿਹੜੇ ਐਕਟ ਦੇ ਵਿੱਚ ਕੀਤਾ ਗਿਆ 1948 ਐਕਟ ਦੇ ਵਿੱਚ ਕੀਤਾ ਗਿਆ ਇਸ ਤੋਂ ਬਾਅਦ ਰਾਜੇ ਹੁਣ ਜਿਹੜਾ RBI ਹੈਗਾ ਉਹ ਐਕਟ ਕੀ ਕਰਦਾ ਉਹ ਸੈਂਟਰਲ ਬੈਂਕਿੰਗ ਇੰਸਟੀਟਿਊਸ਼ਨ ਦੇ ਵਾਂਗ ਐਕਟ ਕਰਦਾ ਹੈ ਕਾਰੇ ਵਾਸਤੇ ਜਿਵੇਂ ਕੰਟਰੋਲ ਕਰਦਾ ਹੈ ਜਿਹੜੀ ਆਪਣੀ ਇੰਡੀਅਨ ਕਰੰਸੀ ਹੈਗੀ ਆ ਇੰਡੀਅਨ ਰੁਪੀਸ ਐਂਡ ਟੂ ਕੰਟਰੋਲ ਰੈਗੂਲੇਟ ਕਰਦਾ ਹੈ ਮੋਨੀਟਰ ਕਰਦਾ ਹੈ ਜਿਹੜੇ ਬਾਕੀ ਬੈਂਕਾਂ ਨੂੰ ਉਹ ਵੀ ਮੋਨੀਟਰ ਕਰਦਾ ਹੈ ਕੰਟਰੀ ਦੇ ਵਿੱਚ ਠੀਕ ਹੈ ਇਸ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜਾ ਜਿੰਨੇ ਵੀ ਬੈਂਕ ਹੈਗੇ ਸਾਰੇ ਕਿਹਦੇ ਅੰਡਰ ਕੰਮ ਕਰਦੇ ਨੇ ਆਰਬੀਆਈ ਦੇ ਅੰਡਰ ਕੰਮ ਕਰਦੇ ਨੇ ਠੀਕ ਹੈ ਇਹ ਜਿਹੜਾ ਆਰਬੀ ਐਕਟ ਆਇਆ ਨਾ ਰਾਜੇ 1934 ਉਹਦੇ ਸੈਕੰਡ ਸ਼ੈਡਿਊਲ ਦੇ ਵਿੱਚ ਲਿਖਿਆ ਗਿਆ ਕੀ ਲਿਖਿਆ ਗਿਆ ਵੀ ਜਿਹੜਾ ਆਰਬੀਆਈ ਹੈਗਾ ਇਹ ਐਕਟ ਕਰੂਗਾ ਸੈਂਟਰਲ ਬੈਂਕਿੰਗ ਦੇ ਤੌਰ ਤੇ ਬਾਕੀ ਬੈਂਕਾਂ ਵਾਸਤੇ ਠੀਕ ਹੈ ਇਹ ਪੁੱਛਿਆ ਜਾ ਸਕਦਾ ਵੀ ਕਿਹੜੇ ਸ਼ੈਡਿਊਲ ਦੇ ਵਿੱਚ ਹੈ ਸੈਕੰਡ ਸ਼ੈਡਿਊਲ ਦੇ ਵਿੱਚ ਹੈ ਓਕੇ ਹੈ ਜੀ ਬਸ ਇੰਨਾ ਕ ਯਾਦ ਰੱਖ ਲਿਓ ਅੱਗੇ ਚੱਲਦੇ ਹਾਂ ਜੀ ਹੁਣ ਥੋੜਾ ਜਿਹਾ ਹੋਰ ਜਿਹੜੇ ਸਬ ਸੈਡਰਿਸ ਬੈਂਕ ਹੈਗੇ ਨੇ ਜਾਂ ਬਾਕੀ ਜਿਹੜੀਆਂ ਮਤਲਬ ਐਂ ਕਹਿ ਸਕਦੇ ਹਾਂ ਹੋਰ ਬ੍ਰਾਂਚੀਜ਼ ਹੈਗੀਆਂ ਨੇ ਜਿਹੜੀਆਂ ਇਹਦੇ ਨਾਲ ਮਿਲ ਕੇ ਕੰਮ ਕਰਦੀਆਂ ਨੇ ਪਹਿਲਾ ਹੈਗਾ ਜੀ ਡੀਆਈਸੀਜੀਸੀ ਇਹਦੇ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਡਿਪੋਜ਼ਿਟ ਇੰਸ਼ੋਰੈਂਸ ਐਂਡ ਦਾ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਠੀਕ ਹੈ ਜੀ ਇਹ ਸੈ Uh, 1978 ਦੇ ਵਿੱਚ ਤੇ ਸਭ ਤੋਂ ਮੋਸਟ ਇੰਪੋਰਟੈਂਟ ਹੈਗਾ ਤੁਸੀਂ ਐਗਰੀਕਲਚਰ ਵਗੈਰਾ ਪੜ੍ਹੀ ਹੋਗੀ ਬਟਵਾਰੀ ਵਾਸਤੇ ਨਾ ਬਰਡ ਹੈਗਾ ਜਿਹੜਾ ਨੈਸ਼ਨਲ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕ ਹੈ ਇਹ 1982 ਦੇ ਵਿੱਚ ਕੀਤਾ ਗਿਆ ਹੈਡਕੁਆਟਰ ਮੁੰਬਈ ਹੈ ਇਹਦਾ ਤੇ ਅਗਲਾ ਹੈਗਾ ਜੀ ਨੈਸ਼ਨਲ ਹਾਊਸਿੰਗ ਬੈਂਕ ਇਹ ਸੈਟਅਪ ਕੀਤਾ ਗਿਆ 1988 ਦੇ ਵਿੱਚ ਤੇ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾ ਪ੍ਰਾਈਵੇਟ ਲਿਮਟਿਡ ਠੀਕ ਹੈ ਇਹਦੀ ਫੁੱਲ ਫਾਰਮ ਪੁੱਛੀ ਜਾਂਦੀ ਹੁੰਦੀ ਹੈ ਇਹ ਸੈਟਅਪ ਕੀਤਾ ਗਿਆ 1995 ਦੇ ਵਿੱਚ ਇਹ ਸਾਰੇ ਕੀ ਹੈ ਸਬਸਿਡਰੀਜ਼ ਨੇ ਕਿਹਦੀਆਂ ਆਰਬੀਆਈ ਦੀਆਂ ਮਤਲਬ ਕਿ ਆਰਬੀਆਈ ਦੀਆਂ ਜਿਹੜੀਆਂ ਮਤਲਬ ਕਿ ਫਾਈਨੈਂਸ਼ੀਅਲ ਜਿਹੜੀਆਂ ਬ੍ਰਾਂਚੇਸ ਕਹਿ ਸਕਦੇ ਆ ਫਾਈਨੈਂਸ਼ੀਅਲ ਪਾਰਟ ਕਹਿ ਸਕਦੇ ਆ ਇਹ ਅੱਗੇ ਉਹਦੇ ਨਾਲ ਮਿਲ ਕੇ ਕੰਮ ਕਰਦੇ ਨੇ ਠੀਕ ਆ ਯਾਦ ਰੱਖ ਲਿਓ ਅੱਗੇ ਚੱਲਦੇ ਆ ਜੀ ਅਗਲਾ ਬੈਂਕ ਜਿਹੜਾ ਮੋਸਟ ਇੰਪੋਰਟੈਂਟ ਬੈਂਕ ਹੈ ਜੀ ਐਸਬੀਆਈ ਸਟੇਟ ਬੈਂਕ ਆਫ ਇੰਡੀਆ ਤਾਂ ਸਟੇਟ ਬੈਂਕ ਆਫ ਇੰਡੀਆ ਨੂੰ ਪਹਿਲਾਂ ਕੀ ਕਹਿੰਦੇ ਸੀ ਭਾਈ ਐਂਪੀਰੀਅਲ ਬੈਂਕ ਆਫ ਇੰਡੀਆ ਕਹਿੰਦੇ ਸੀਗੇ ਜਦੋਂ ਕੀ ਆਪਣੇ ਕੋਲੇ ਬ੍ਰਿਟਿਸ਼ ਰੂਲ ਸੀਗਾ ਆਪਣੇ ਉੱਪਰ ਆਪਾਂ ਗੁਲਾਮ ਸੀਗੇ ਤਾਂ ਯਾਦ ਰੱਖਣਾ ਵੀ ਜਦੋਂ ਸਟੈਬਲਿਸ਼ ਕਰਦੋ ਕੀਤਾ ਗਿਆ ਐ ਸਟੇਟ ਬੈਂਕ ਆਫ ਇੰਡੀਆ ਸਟੈਬਲਿਸ਼ ਕੀਤਾ ਗਿਆ ਭਾਈ 1 ਜੁਲਾਈ 1955 ਨੂੰ ਤੇ ਕਿਹੜੀ ਕਮੇਟੀ ਦੇ ਰეკਮੈਂਡੇਸ਼ਨ ਤੇ ਕੀਤਾ ਗਿਆ ਇੱਕ ਬੰਦਾ ਸੀਗਾ ਐਚ ਐਸ گورਵਾਲਾ ਠੀਕ ਹੈ ਉਹਦੀ ਕਮੇਟੀ ਦੇ ਦੌਰਾਨ ਇਹ ਬਣਾਇਆ ਗਿਆ ਉਹਨੇ ਸਲਾਹ ਦਿੱਤੀ ਭਾਈ ਬਣਾਓ ਐਸ ਬੀ ਆਈ ਠੀਕ ਹੈ ਜੀ ਤਾਂ ਕਮੇਟੀ ਦਾ ਨਾਮ ਯਾਦ ਰੱਖਣਾ گورਵਾਲਾ ਕਮੇਟੀ ਤੇ ਨੈਸ਼ਨਲਾਈਜ਼ ਕਦੋਂ ਹੋਇਆ ਬੇਟੇ ਨੈਸ਼ਨਲਾਈਜ਼ ਹੋਇਆ ਜੀ 1956 ਦੇ ਵਿੱਚ 2 ਜੂਨ 1956 ਨੂੰ ਇਹ ਕੀ ਹੈ ਨੈਸ਼ਨਲਾਈਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਜਿੱਥੋਂ ਕੁਐਸਚਨ ਬਹੁਤ ਵਾਰੀ ਆਉਂਦਾ ਮੈਂ ਆਈਬੀ ਆਈਬੀਪੀਐਸ ਦੇ ਵਿੱਚ ਦੇਖਿਆ ਵੀ ਕੁਐਸਚਨ ਬਹੁਤ ਪੁੱਛੇ ਜਾਂਦੇ ਆ ਹੁਣ ਵੈਸੇ ਤਾਂ ਆਰਬੀਆਈ ਐਕਟ ਕਰਦਾ ਸੈਂਟਰਲ ਏਜੰਟ ਵਾਸਤੇ ਸੈਂਟਰਲ ਏਜੰਟ ਦਾ ਮਤਲਬ ਕੀ ਹੈ ਕਿ ਸਾਰੇ ਬੈਂਕਾਂ ਦੇ ਉੱਪਰ ਇਹ ਕੰਮ ਕਰਦਾ ਹੈ ਬਟ ਜਿੱਥੇ ਆਰਬੀਆਈ ਦੀ ਬ੍ਰਾਂਚ ਨਹੀਂ ਹੈਗੀਗੀ ਪੁੱਛਿਆ ਜਾਂਦਾ ਕੁਐਸਚਨ ਵੀ ਜਿੱਥੇ ਆਰਬੀਆਈ ਦੀ ਬ੍ਰਾਂਚ ਨਹੀਂ ਹੈਗੀ ਜਿੱਥੇ ਉੱਥੇ ਕਿਹੜਾ ਬੈਂਕ ਕੀ ਕਰੂਗਾ ਆਰਬੀਆਈ ਦੀ ਜਗ੍ਹਾ ਤੇ ਕੰਮ ਕਰੂਗਾ ਐਜ਼ ਏ ਦਾ ਐਸਬੀਆਈ ਐਕਟ ਐਜ਼ ਐਨ ਏਜੰਟ ਵੇਅਰ ਦਾ ਰਿਜ਼ਰਵ ਬੈਂਕ ਆਫ ਇੰਡੀਆ ਹੈਜ਼ ਨੋ ਬ੍ਰਾਂਚ ਆਫਿਸ ਜਿੱਥੇ ਆਰਬੀਆ ਨਹੀਂ ਹੋਊਗਾ ਉੱਥੇ ਆਰਬੀਆ ਦੇ ਤੌਰ ਤੇ ਕੌਣ ਕੰਮ ਕਰੂਗਾ ਸਟੇਟ ਬੈਂਕ ਆਫ ਇੰਡੀਆ ਮੋਸਟ ਇੰਪੋਰਟੈਂਟ ਪੁਆਇੰਟ ਹੈ ਇਸ ਤੋਂ ਬਾਅਦ ਇਹਦੇ ਪੰਜ ਜਿਹੜੇ ਹੈਗੇ ਐਸੋਸੀਏਟਿਡ ਬੈਂਕ ਨੇ ਕਿਹੜੇ ਕਿਹੜੇ ਨੇ ਰਾਜ ਸਟੇਟ ਬੈਂਕ ਆਫ ਬਿਕਨੇਰ ਜੈਪੁਰ ਤੇ ਹైదరాబాద్ ਹੋ ਗਿਆ ਮਸੂਰ ਹੋ ਗਿਆ ਪਟਿਆਲਾ ਹੋ ਗਿਆ ਤਰਨਕੋਰ ਹੋ ਗਿਆ ਠੀਕ ਹੈ ਇਹ ਸਾਰੇ ਬੈਂਕ ਨੇ ਬਾਕੀ ਹੁਣ ਦੇਖੋ ਪਟਿਆਲਾ ਵਗੈਰਾ ਮਰਜ ਕਰ ਦਿੱਤੇ ਇਹਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੀ ਬਾਕੀ ਇਹ ਕੀ ਨੇ ਪੰਜ ਐਸੋਸੀਏਟ ਬੈਂਕ ਨੇ ਤੇ ਛੇਮਾ ਹੈਗਾ ਜੀ ਭਾਰਤੀ ਮਹਿਲਾ ਬੈਂਕ ਇਹ ਭਾਰਤੀ ਮਹਿਲਾ ਬੈਂਕ 2013 ਦੇ ਵਿੱਚ ਬਣਾਇਆ ਗਿਆ ਸੀਗਾ ਹੁਣ ਮੈਂ ਇਹਦੇ ਬਾਰੇ ਵੀ ਜਾਣਕਾਰੀ ਦੇ ਦੇਣਾ ਇਹ ਪਹਿਲਾ ਬੈਂਕ ਆ ਜਿਹੜਾ ਕੀ ਔਮਨ ਦੇ ਦੁਆਰਾ ਕੀ ਕਿਤੇ ਇਹਦਾ ਕੰਟਰੋਲ ਕੀਤਾ ਜਾਂਦਾ ਸਾਰਾ ਇੱਥੇ ਸਟਾਫ ਕੀ ਹੈ ਲਗਭਗ ਔਮਨਸ ਨੇ ਸਾਰੀਆਂ ਠੀਕ ਹੈ ਇਹਨੂੰ ਕਹਿੰਦੇ ਆ ਜੀ ਭਾਰਤੀ ਮਹਿਲਾ ਬੈਂਕ ਹੁਣ ਜਿਹੜਾ ਭਾਰਤੀ ਮਹਿਲਾ ਬੈਂਕਰ ਆਜੇ ਇਹ ਕੀ ਸੀਗਾ ਇਹ ਆਪਣੇ ਮਤਲਬ ਕਿ ਇਹਦੀ ਬ੍ਰਾਂਚ ਆ ਆਪਣੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਹੈ ਤੇ ਇਹਦਾ ਹੈੱਡਕੁਆਰਟਰ ਹੈਗਾ ਜੀ ਮੁੰਬਈ ਦੇ ਵਿੱਚ ਇੰਡੀਆ ਦੇ ਵਿੱਚ ਤੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਮਨਮੋਹਨ ਸਿੰਘ ਉਹਨਾਂ ਨੇ ਇਨੋਗ੍ਰੇਟ ਕੀਤਾ ਸੀਗਾ 19 ਨਵੰਬਰ 2013 ਨੂੰ ਤੇ 96th ਬਰਥ ਅਨਿਵਰਸਰੀ ਸੀਗੀ ਇੰਦਰਾ ਗਾਂਧੀ ਦੀ ਉਦੋਂ ਬਣਾਇਆ ਗਿਆ ਸੀਗਾ ਠੀਕ ਹੈ ਕਿਉਂਕਿ ਕਾਂਗਰਸ ਹੈ ਕਾਂਗਰਸ ਇੰਦਰਾ ਗਾਂਧੀ ਦੇ ਅੰਡਰ ਸੀਗੀ ਮਤਲਬ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬਰਥ ਅਨਿਵਰਸਰੀ ਹੈ ਉਸ ਦੇ ਕਾਰਨ ਉਹਨਾਂ ਨੇ ਇੱਕ ਬੈਂਕ ਬਣਾਇਆ ਹੈ ਠੀਕ ਹੈ ਜੀ ਭਾਰਤੀ ਮੈਲਾ ਬੈਂਕ ਬਟ ਜਦੋਂ ਮੋਦੀ ਗਵਰਨਮੈਂਟ ਆਈ ਹੈ ਤੇ ਇਹਨਾਂ ਨੇ ਬੈਂਕਿੰਗ ਰਿਫਾਰਮ ਲੈ ਕੇ ਆਏ ਇਸ ਕਰਕੇ ਇਹਨਾਂ ਨੂੰ ਕੀ ਹੈ ਜਿਹੜਾ ਇਹ ਬੈਂਕ ਹੈਗਾ ਮਰਜ ਕਰ ਦਿੱਤਾ ਗਿਆ ਇਹ ਮਰਜ ਕਰਕੇ ਕਿਹਦੇ ਅੰਡਰ ਆ ਗਿਆ ਜੀ ਸਟੇਟ ਬੈਂਕ ਆਫ ਇੰਡੀਆ ਦੇ ਅੰਡਰ ਆ ਗਿਆ 1 April 2017 ਨੂੰ ਇਹ ਯਾਦ ਰੱਖਣਾ ਕਦੋਂ ਮਰਜ ਹੋਇਆ 1 April 2017 ਨੂੰ ਠੀਕ ਹੈ ਜੀ ਤੇ ਇਹ ਹੁਣ ਕੀ ਹੈ ਕਿਹਦਾ ਪਾਰਟ ਹੈਗਾ ਇਹ ਪਾਰਟ ਹੈਗਾ ਜੀ SBI ਦਾ ਤਾਂ ਹੁਣ ਆਪਾਂ ਕਹਿ ਸਕਦੇ ਹਾਂ ਵੀ SBI ਦੇ ਕਿੰਨੇ ਨੇ ਸਬਸਿਡਰੀਜ਼ ਬੈਂਕ ਕਿੰਨੇ ਨੇ 6 ਨੇ ਠੀਕ ਹੈ 6 ਬੈਂਕ ਨੇ ਇਸ ਦੇ ਅੰਦਰ ਤੇ ਇਹ ਸੀਗਾ ਜੀ ਤੁਹਾਡਾ ਅੱਜ ਦਾ ਲੈਕਚਰ ਆਈ ਹੋਪ ਕਿ ਇਥੋਂ ਕੁਐਸਚਨ ਕਾਫੀ ਨਿਕਲ ਕੇ ਆਉਣਗੇ ਤਿੰਨ ਚਾਰ ਕੁਐਸਚਨ ਬਣ ਸਕਦੇ ਆ ਤੇ ਮੈਂ ਬੇਟੇ ਵਾਰ-ਵਾਰ ਕਹਿੰਨਾ ਵੀ ਰਾਈਟ ਅਪਰੋਚ ਹੈਗੀ ਆ ਜੀ ਥਿਉਰੀ ਪਲੱਸ ਐਮਸੀਕਿਊ ਕੱਲੇ ਐਮਸੀਕਿਊ ਦੇ ਪਿੱਛੇ ਨਾ ਜਾਇਓ ਹੁਣ ਤੱਕ ਜੇ ਆਪਣਾ ਰਿਕਾਰਡ ਚੱਲ ਰਿਹਾ ਵੀ ਹਰ ਚੀਜ਼ ਆਪਣੇ ਪੜਾਇਆ ਚੋਂ ਆ ਰਹੀ ਉਹਦਾ ਕਾਰਨ ਇਹੀ ਆ ਵੀ ਸਹੀ ਡਾਇਰੈਕਸ਼ਨ ਤੇ ਸਹੀ ਗਾਈਡੈਂਸ ਠੀਕ ਹੈ ਜੀ ਲੈਣਾ ਜ਼ਰੂਰੀ ਹੈ ਤੇ ਹੁਣ ਤੁਹਾਨੂੰ ਮੈਂ ਹੰਬਲ ਰਿਕਵੈਸਟ ਕਰੂੰਗਾ ਬੇਟੇ ਜਿਹੜੀਆਂ ਵਾਰ-ਵਾਰ ਕੁਐਰੀਜ਼ ਆ ਰਹੀਆਂ ਨੇ ਉਹ ਕੁਐਰੀਜ਼ ਕੀ ਆ ਰਹੀਆਂ ਨੇ ਤੁਹਾਨੂੰ ਦੱਸਦਾ ਮੈਂ ਕਹਿੰਦੇ ਸਰ ਜੀ ਕੰਪਿਊਟਰ ਨੋਟਸ ਹਣ ਰਾਜੇ ਕੰਪਿਊਟਰ ਦੇ ਐਮਸੀਕਿਊ ਜਿਹੜੇ ਬਣੇ ਪਈ ਇਸ ਟਾਈਮ ਤੇ ਉਹ ਹੈਗੇ ਆ ਜੀ 700 ਐਮਸੀਕਿਊ ਬਣਿਆ ਪਿਆ ਇੰਗਲਿਸ਼ ਪੰਜਾਬੀ ਮੀਡੀਅਮ ਚ ਮਿਲ ਜੂਗਾ 350 ਰੁਪਿਆ ਉਹਦੀ ਕੀ ਆ ਕਾਸਟ ਹੈ ਠੀਕ ਹੈ ਜੀ 350 ਰੁਪਿਆ ਕਾਸਟ ਹੈ ਇੰਗਲਿਸ਼ ਪੰਜਾਬੀ ਮੀਡੀਅਮ ਚ ਮਿਲਣਗੇ ਹੁਣ ਕਿਹੜੇ ਕਿਹੜੇ ਲੈ ਸਕਦੇ ਆ ਠੀਕ ਹੈ ਪੰਜਾਬ ਪੁਲਿਸ ਕੌਨਸਟੇਬਲ ਠੀਕ ਹੈ ਜੀ ਜੇਲ ਵਾਰਡਨ ਇਹ ਲੈ ਸਕਦੇ ਆ ਉਸ ਤੋਂ ਬਾਅਦ ਕੀ ਆ ਕੋਆਪਰੇਟਿਵ ਬੈਂਕ ਵਾਲੇ ਲੈ ਸਕਦੇ ਆ ਸਾਰੇ ਬੱਚੇ ਥਰਡ ਕੀ ਆ ਐਕਸਰਸਾਈਜ਼ ਵਾਲੇ ਲੈ ਸਕਦੇ ਆ ਇਹਦਾ ਸਿਲੇਬਸ ਵੀ ਕਵਰ ਹੋ ਰਿਹਾ ਹੈ ਬੜ ਜੇ ਤੁਸੀਂ ਗੱਲ ਕਰੋਗੇ ਸਬ ਇਨਸਪੈਕਟਰ ਦੇ ਗੱਲ ਕਰੋਗੇ ਇਹਦੇ ਵਾਸਤੇ ਤੁਸੀਂ ਜੇ ਵੇਟ ਕਰ ਲਓਗੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ 80% ਸਿਲੇਬਸ ਕਵਰ ਕਰਦੇ ਆ ਉਹਦੇ ਵਾਸਤੇ ਮੈਂ ਸਪੈਸ਼ਲ ਬਣਾ ਰਿਹਾ ਹਜੇ ਵੇਟ ਕਰ ਲਓ ਜਿਹੜੇ ਆ ਬੱਚੇ ਹੈਗੇ ਲੈ ਸਕਦੇ ਆ ਹੁਣ ਮੇਰੇ ਕੋਲੇ ਤੇ ਉਹਨਾਂ ਨੂੰ ਮੈਂ ਦੱਸਦਾ ਜਦੋਂ ਮੈਂ ਰੀਫਰੈਸ਼ ਕਰਦਾ ਆਪਦਾ WhatsApp ਘਟੋ ਘਟ 300 ਕਦੇ 200 ਕਦੇ 250 ਮੇਰੇ ਕੋਲ ਨਵੇਂ ਮੈਸੇਜ ਆ ਜਾਂਦੇ ਆ ਜਿਹੜੇ ਕਿ ਮੇਰੇ ਵਾਸਤੇ ਪੋਸੀਬਲ ਨਹੀਂ ਹੈਗਾ ਬੇਟੇ ਇਕੱਲੇ ਇਕੱਲੇ ਨੂੰ ਰਿਪਲਾਈ ਕਰਨਾ ਹੁਣ ਜੇ ਮੈਂ ਰਿਪਲਾਈ ਨਹੀਂ ਕਰਦਾ ਫਿਰ ਬੰਦੇ ਪਤਾ ਕੀ ਆ ਕਹਿੰਦੇ ਵੀ ਆਰੀ ਨੂੰ ਦੰਦੇ ਇੱਕ ਕਹਿਣ ਦਾ ਭਾਵ ਕੀ ਜੇ ਮੈਂ ਨਹੀਂ ਕਰੂੰਗਾ ਲੋਕ ਕਹਿਣਗੇ ਵੀ ਹੁਣ ਇਹ ਲੈਵਲ ਉੱਚਾ ਹੋ ਗਿਆ ਸਰ ਦਾ ਵੀ ਸਰ ਸਾਨੂੰ ਰਿਪਲਾਈ ਨਹੀਂ ਕਰਦੇ ਜਦਕਿ ਮੈਂ ਪਹਿਲਾਂ ਕੀ ਮੇਰੀ ਕੋਸ਼ਿਸ਼ ਹੀ ਹੁੰਦੀ ਹੈ ਵੀ ਹਰ ਇੱਕ ਨੂੰ ਰਿਪਲਾਈ ਕੀਤਾ ਜਾਵੇ ਤਾਂ ਇਸ ਕਰਕੇ ਬੇਟੇ ਬਹੁਤ ਮੈਂ ਤੁਹਾਨੂੰ ਦੱਸਣਾ ਵੀ ਤਿੰਨ ਦਿਨ ਹੋ ਗਏ ਮੈਂ ਇਸ ਕੰਮ ਤੇ ਲੱਗਾ ਹੋਇਆ ਹਾਂ ਪਟਵਾਰੀ ਦੇ ਪੇਪਰ ਹੋਣ ਤੋਂ ਬਾਅਦ ਲਗਾਤਾਰ ਮੈਂ ਰੋਜ਼ 2-300 ਕੁਐਰੀਜ਼ ਸੋਲਵ ਕਰ ਰਿਹਾ ਤਾਂ ਮੇਰੀ ਹੰਬਲ ਰਿਕਵੈਸਟ ਹੈ ਵੀ ਜੇ ਮੈਂ ਕੁਐਰੀਜ਼ ਦੇ ਵਿੱਚ ਲੱਗਾ ਰਹੂੰਗਾ ਤੁਹਾਡਾ ਨੁਕਸਾਨ ਹੋਊਗਾ ਬੇਟੇ ਨੁਕਸਾਨ ਕੀ ਹੈ ਮੈਂ ਕੰਟੈਂਟ ਕਦੋਂ ਲਿਖੂੰਗਾ ਮੈਂ ਵੀਡੀਓ ਕਦੋਂ ਪਾਉਂਗਾ ਠੀਕ ਹੈ ਜੇ ਤੁਸੀਂ ਦੇਖੋ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਮੈਨੂੰ ਇੱਜ਼ਤ ਕਰਦੇ ਹੋ ਮੇਰੀ ਤਾਂ ਬਸ ਇੰਨੀ ਕੁ ਮੇਰੀ ਗੱਲ ਮੰਨ ਲਿਓ ਇਹਦੇ ਰਿਗਾਰਡਿੰਗ ਕੁਆਰੀ ਨਾ ਪੁੱਛਿਓ ਜੇ ਕਿਸੇ ਨੇ ਨੋਟਸ ਲੈਣੇ ਹੋਏ ਬੈਠੇ ਇਸੇ ਨੰਬਰ ਤੇ ਦੇਖੋ 842752303 ਇੱਥੇ WhatsApp ਤੇ ਤੁਸੀਂ ਇੱਥੇ ਤੁਸੀਂ Google Pay PhonePe Paytm ਚੱਲਦਾ ਹੈ ਤੁਸੀਂ ਕੀ ਆ ਵੀ ਅਬ ਦੀ ਪੇਮੈਂਟ ਕਰਨ ਤੋਂ ਬਾਅਦ ਜੇ ਤੁਸੀਂ ਆ MCQ ਲੈਣੇ ਆ ਠੀਕ ਹੈ ਪੇਮੈਂਟ ਕਰਨ ਤੋਂ ਬਾਅਦ ਕੀ ਆ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਤੁਹਾਨੂੰ ਕੀ ਪੀਡੀਐਫ ਮਿਲ ਜੂਗੀ ਵਿਦਨ 5-10 ਮਿੰਟ ਠੀਕ ਹੈ ਜੀ ਤੇ ਬਾਕੀ ਜੇ ਕੋਈ ਥੋੜੀ ਕੁਐਰੀ ਹੈਗੀ ਤੁਸੀਂ WhatsApp ਤੇ ਰਿਕਾਰਡਿੰਗ ਕਰਕੇ ਸੈਂਡ ਕਰ ਦਿਆ ਕਰੋ ਤੁਹਾਨੂੰ ਆਨਸਰ ਮਿਲ ਜੂਗਾ ਹੁਣ ਕਈ ਬੱਚੇ ਪਤਾ ਕੀ ਕਰਦੇ ਆ ਪਹਿਲਾਂ ਕੁਐਰੀ ਭੇਜ ਦਿੰਦੇ ਆ ਫਿਰ ਕੀ ਕੁਐਸਚਨ ਮਾਰਕ ਭੇਜੀ ਜਾਣਗੇ ਫਿਰ ਮਿਸਕੋਲਾ ਮਾਰੀ ਜਾਣਗੇ ਬੇਟੇ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਆ ਗਏ ਆ ਤੁਹਾਡਾ ਮੈਸੇਜ ਆ ਗਿਆ ਮੇਰੀ ਕੋਸ਼ਿਸ਼ ਹੁੰਦੀ ਵੀ ਨਾਲ ਦੀ ਨਾਲ ਕਰਦਾ ਬਟ ਕਈ ਵਾਰੀ ਕੀ ਹੈ ਪੋਸੀਬਲ ਨਹੀਂ ਹੁੰਦਾ ਕਲਾਸਿਸ ਵੀ ਹੁੰਦੀਆਂ ਨੇ ਕੁਝ ਕੁਝ ਕੰਟੈਂਟ ਵੀ ਲਿਖਣਾ ਹੁੰਦਾ ਤੇ ਬਹੁਤ ਬਿਜ਼ੀ ਹੁੰਦਾ ਘਰ ਦੇ ਕੰਮ ਕਰ ਵੀ ਹੁੰਦੇ ਆ ਤੇ ਮੈਂ ਤਾਂ ਹੀ ਕਹਿੰਨਾ ਬੇਟੇ ਵੀ ਵਾਰ-ਵਾਰ ਇੱਕੋ ਚੀਜ਼ ਨਾ ਪੁੱਛਿਆ ਕਰੋ ਤੇ ਹੁਣ ਦੇਖੋ ਟਾਈਮ ਘੱਟ ਰਹਿ ਗਿਆ ਜਿੰਨੀ ਘੱਟ ਕੁਐਰੀ ਪੁੱਛੋਗੇ ਉਨੀਆਂ ਵਧ ਕਲਾਸਾਂ ਆਉਣਗੀਆਂ ਪੰਜਾਬ ਪੁਲਿਸ ਸਬ ਇੰਸਪੈਕਟਰ ਵਾਸਤੇ ਵੀ ਮੈਂ ਕਲਾਸ ਪਾਉਣੀ ਆ ਫਿਲਹਾਲ ਕਿਉਂਕਿ ਉਹਨਾਂ ਦਾ ਵੀ ਹਜੇ 3-4 ਮੈਂ ਉਹਨਾਂ ਨਾਲ ਵਾਦਾ ਕੀਤਾ ਹੋਇਆ ਵੀ 3-4 ਉਹਨਾਂ ਦੇ ਵੀ ਲੈਕਚਰ ਲੈਂਦੇ ਨੇ ਠੀਕ ਹੈ ਜੀ ਤਾਂ ਇਸ ਕਰਕੇ ਪਲੀਜ਼ ਮੇਰੀ ਹੰਬਰ ਰਿਕਵੈਸਟ ਹੈ ਠੀਕ ਹੈ ਤੇ ਘੱਟੋ ਘੱਟ ਕੁਐਰੀ ਪੁੱਛਿਓ ਮੈਂ ਇਹ ਨਹੀਂ ਕਹਿੰਦਾ ਪੁੱਛੋ ਨਾ ਜੋ ਵੀ ਤੁਹਾਡੀ ਪ੍ਰੋਬਲਮ ਹੈਗੀ ਤੁਸੀਂ ਪੁੱਛ ਸਕਦੇ ਹੋ ਬਟ WhatsApp ਕਰਿਓ ਕਾਲ ਨਾ ਕਰਿਓ ਓਕੇ ਹੈ ਜੀ ਤੇ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਇਸ ਵੀਡੀਓ ਨੂੰ ਬាទ ਬាទ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਵੀਡੀਓ ਕਿਵੇਂ ਦੀ ਲੱਗੀ ਹੈ ਜੇ ਕੋਈ ਡਾਊਟ ਹੋਇਆ ਤਾਂ ਵੀ ਪੁੱਛ ਲਿਓ ਠੀਕ ਹੈ ਸ਼ੁਕਰੀਆ ਧੰਨਵਾਦ ਸਰਬੱਤ ਦਾ ਭਲਾ ਬਾਬਾ ਮਿਹਰ ਕਰੇ